ਮਿਹਰਬਾਨ ਜੇ ਇਸ ਵਕਤ ਮੈਨੂੰ ਕੋਰਟ ਦੀ ਇੱਕ ਜੰਗ ਕਰਕੇ ਆਇਆ ਤੈਨੂੰ ਜਾਣਦਾ ਮਿਹਰਬਾਨ ਮੇਰਾ ਬਾਪ ਜੀ ਮੈਨੂੰ ਜਾਣਦਾ ਨਹੀਂ ਹੁਣ ਕਈ ਹਲੋ ਜੀ ਬਠਿੰਡਾ ਕਲਾਂ ਦੇ ਜਗਤਾਰ ਸਿੰਘ ਸੈਕਟਰੀ ਮੇਰੇ ਬਾਪ ਦੇ ਨਾਂ ਤੇ 200 ਰੁਪਈਆ ਦੇ ਰਿਹਾ ਆ ਅਸੀਂ ਬਹੁਤ ਧੰਨਵਾਦੀ ਲਓ ਮਿਹਰਬਾਨ ਇਸੇ ਤਰ੍ਹਾਂ ਕਈ ਮਾਮਾ ਦੇ ਪੁੱਤਰ ਇਸ ਮਹਿਰੂ ਪੋਸਤੀ ਨੇ ਵੀ ਮਾਰ ਦਿੱਤੇ ਪਰ ਮਿਹਰਬਾਨ ਪੁੱਤਰਾਂ ਦਾ ਮਰ ਜਾਣਾ ਹਰਬੰਸ ਰੁੜ ਜਾਣੇ ਪਾਈਆਂ ਦਾ ਮਰ ਜਾਣਾ ਆਰਕਾ ਤੋਂ ਬਾਹਾਂ ਦਾ ਭੱਜ ਜਾਣਾ ਕੋਈ ਥੋੜ੍ਹੀ ਬਹੁਤੀ ਚੀਜ਼ ਨਹੀਂ ਹੋ ਇਸੇ ਤਰ੍ਹਾਂ ਆ ਸਾਡਾ 200 ਰੁਪਏ ਨਾਲ ਮਾਣ ਕੀਤਾ ਸਰਦਾਰ ਜਗਤਾਰ ਸਿੰਘ ਸੈਕਟਰੀ ਮਠੱਡਿਆਂ ਵਾਲੇ ਇਹ ਪਿਛਲੇ ਸਾਲ ਦੇ ਵਿੱਚ ਇੱਥੇ ਸਾਡੇ ਕੋਲ ਦਰਮਿਆਨ ਨਹੀਂ ਪਹੁੰਚ ਸਕੇ ਕਿਉਂ ਇਹਨਾਂ ਨੂੰ ਬੜਾ ਇੱਕ ਰੱਬ ਨੇ ਇਹਨਾਂ ਉੱਤੇ ਕਹਿਰ ਢਾਇਆ ਇਹਨਾਂ ਦਾ ਪੁੱਤਰ ਮਿਹਰਬਾਨ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਗਏ ਸੀ ਇਹ ਤਾਂ ਸਾਡੇ ਦਰਮਿਆਨ ਨਹੀਂ ਸੀ ਪਹੁੰਚ ਸਕੇ ਪਰ ਇਹਨਾਂ ਨੇ ਉੱਥੇ ਕੈਨੇਡਾ 'ਚ ਬੈਠਣ ਨੇ ਫਿਰ ਵੀ ਸਾਡਾ ਮਾਣ ਸਨਮਾਨ ਭੇਜਿਆ ਬਹੁਤ ਬਹੁਤ ਧੰਨਵਾਦੀਆਂ ਹੋਰ ਵੀ ਜਿਹੜੇ ਖਜ਼ਾਨੇ ਵਿੱਚੋਂ ਮਾਇਆ ਆਈ ਆ ਮਾਲਕ ਜਾਣੀ ਜਾਣਾ ਖਜ਼ਾਨੇ ਭਰਪੂਰ ਕਰੇ ਪੁੱਤਰਾਂ ਦਾ ਮਰ ਜਾਣਾ ਹਰਬੰਸ ਰੁੜ ਜਾਣੇ ਪਾਈਆਂ ਦਾ ਮਰ ਜਾਣਾ ਆਰਕਾ ਤੋਂ ਬਾਹਾਂ ਦਾ ਭੱਜ ਜਾਣਾ ਕੋਈ ਥੋੜ੍ਹੀ ਬਹੁਤੀ ਚੀਜ਼ ਨਹੀਂ ਹੋਇਆ ਕਰਦੀ ਪਰ ਇਹ ਵੀਰਿਓ ਇੱਥੇ ਕਹਿੰਦੇ ਦਾਤੇ ਭਗਤ ਸੂਰਮੇ ਤਿੰਨੇ ਜੱਗ ਜਾਂਦੇ ਆ ਦਾਤੇ ਭਗਤ ਸੂਰਮੇ ਤਿੰਨੇ ਜੱਗ ਜਾਂਦੇ ਆ ਇਹ ਸਦਾ ਜਾਂਦੇ ਹੀ ਰਿਹਾ ਕਰਦੇ ਆ ਪਰ ਇੱਥੇ ਰਹਿਣਾ ਕਿਸੇ ਨੇ ਨਹੀਂ ਕਿਉਂਕਿ ਸਭ ਦੁਨੀਆ ਚੱਲਣ ਹਾਰ ਆ ਸਭ ਦੁਨੀਆ ਚੱਲਣ ਹਾਰ ਆ ਇਸੇ ਕਰਕੇ ਸ਼ਾਇਰ ਨੇ ਲਿਖਿਆ ਕਹਿੰਦਾ ਕੋਈ ਅੱਜ ਪਰਦੇਸੀ ਹੋ ਚੱਲਿਆ ਉਹ ਕਿਸੇ ਨੇ ਕੱਲ੍ਹ ਪਰਦੇਸੀ ਹੋ ਜਾਣਾ ਕੋਈ ਮੁੱਖੜਾ ਅੱਜ ਲੁਕੋ ਚੱਲਿਆ ਤੇ ਕਿਸੇ ਨੇ ਮੁੱਖੜਾ ਕੱਲ ਲੁਕੋ ਜਾਣਾ ਇੱਥੇ ਰਹਿਣਾ ਕਿਸੇ ਨੇ ਨਹੀਂ ਸਭ ਦੁਨੀਆ ਚੱਲਣ ਹਾਰਾ ਦੁਨੀਆ ਫਾਨੀ ਆ ਇੱਕ ਉਸੇ ਤਰ੍ਹਾਂ ਮੋੜ ਕੇ ਜਵਾਬ ਕਰਦਾ ਸ਼ਾਇਰੀ ਕਲਮ ਬੰਦ ਕਰਕੇ ਪੜਾ ਬਈ ਕਿਹੜਾ ਜਵਾਬ ਦੁਨੀਆ ਵਾ
ਕੱਢ ਕੇ ਮਾਲ ਖਲੋ ਜਾਣਾ ਏ ਓਏ ਅੱਜ ਪਰਦੇ ਸੀ ਹੋ ਚੱਲੇ ਅੱਜ ਦਾ ਕਰ ਪਰਦੇ ਸੀ ਹੋ ਜਾਣਾ ਏ ਮਿਹਰਬਾਨ। ਇਸੇ ਤਰ੍ਹਾਂ ਹੁਣ ਮੇਰੂ ਪੋਸਟ ਦੀ ਇੱਕ ਜੰਗ ਕਰਕੇ ਆਇਆ, ਕਹਿੰਦਾ ਗੱਲ ਕਰ ਮਾਤਾ ਨਸ਼ੇ ਨੇ ਤੋੜਾਂ ਦੇ ਲੀਆਂ। ਉਹ ਕਹਿੰਦੀ ਪੁੱਤਰ ਹੋਰ ਖਾ ਲੈ ਮਾਵੇ ਫੀਮ ਦੇ, ਆਪਣੇ ਘਰ ਦੇ ਵਿੱਚ ਕਿਹੜੀ ਚੀਜ਼ ਦੀ ਘਾਟ ਆ। ਹੁਣ ਦੂਸਰੀ ਵਾਰ ਖਾ ਕੇ ਮਾਵੇ ਫੀਮ ਦੇ ਫਿਰ ਅਮਲੀ ਜੰਗ ਨੂੰ ਚੱਲਿਆ। ਉੱਥੇ ਕਿਹਾ ਮਿਹਰਬਾਨ ਜਿਹੜੇ ਅਮਲੀ ਹੁੰਦੇ ਆ ਇਹ ਹੁੰਦੇ ਬੜੇ ਪਤੰਦਰ ਆ। ਇਸੇ ਤਰ੍ਹਾਂ ਕੋਈ ਅਮਲੀ ਸੀ, ਉਹ ਅਮਲੀ ਤੇ ਘਰ ਦੇ ਵਿੱਚ ਮਹਿਮਾਨ ਆ ਗਏ, ਪ੍ਰਾਹੁਣੇ ਆ ਗਏ। ਉਹਦੀ ਔਰਤ ਕਹਿੰਦੀ ਵੀ ਅਮਲੀਆ ਆ ਗੁਆਂਢੀਆਂ ਦੇ ਕੋਲੋਂ ਮੰਜਾ ਫੜ ਕੇ ਲੈ ਕੇ ਆ, ਆਪਣੇ ਮੰਜਾ ਘੱਟ ਗਏ। ਮਿਹਰਬਾਨ ਅੱਗੇ ਆਮ ਲੋਕ ਕੋਠਿਆਂ 'ਤੇ ਪਿਆ ਕਰਦੇ, ਅਮਲੀ ਉਸੇ ਤਰ੍ਹਾਂ ਹੁਣ ਗੁਆਂਢੀਆਂ ਦੇ ਕੋਲੋਂ ਮੰਜਾ ਲੈਣ ਦੀ ਖਾਤਰ ਚਲਿਆ ਗਿਆ। ਜਦੋਂ ਗਿਆ ਉਹ ਘਰ ਵਾਲਿਆਂ ਨੇ ਉਹ ਕੋਠੇ ਤੋਂ ਮੰਜਾ ਲਮਕਾ ਦਿੱਤਾ। ਜਦੋਂ ਲਮਕਾਇਆ ਉਹਦੇ ਪਾਵੇ ਬਨੇਰੇ ਦੇ ਵਿੱਚ ਫਸ ਗਏ। ਹੁਣ ਅਮਲੀ ਨੇ ਜ਼ੋਰ ਲਾਇਆ ਨਾ ਨਿਕਲੇ ਤਾਂ ਅਮਲੀ ਨੂੰ ਪੀਣਕਾਂ ਆ ਗਈਆਂ, ਝੋਕਾਂ ਆ ਗਈਆਂ। ਸਾਰੀ ਰਾਤ ਮੰਜੇ ਦਾ ਪਾਵਾ ਫੜ ਕੇ ਉੱਥੇ ਹੀ ਖੜਾ ਰਿਹਾ। ਉਹ ਘਰ ਵਾਲੇ ਸਵੇਰ ਨੂੰ ਉੱਠੇ ਕਹਿੰਦੇ ਅਮਲੀ ਐਡੀ ਕਿਹੜੀ ਕਾਲੀ ਸੀ, ਮੰਜਾ ਦਿਨ ਚੜ੍ਹੇ ਫੜਾ ਜਾਂਦਾ। ਉਹ ਕਹਿੰਦਾ ਲੈ ਕੇ ਕਿਹੜਾ ਕੰਜਰ ਗਿਆ, ਸਾਰੀ ਰਾਤ ਦਾ ਇੱਥੇ ਹੀ ਖੜਾ। ਮਿਹਰਬਾਨ ਕਈ ਵਾਰੀ ਅਮਲੀ ਹੁੰਦੇ ਇੱਦਾਂ ਦੇ ਆ। ਇਸੇ ਤਰ੍ਹਾਂ ਹੁਣ ਉੱਥੇ ਕਿਹਾ ਕਹਿੰਦੇ ਚੜ੍ਹਿਆ ਮੇਰੂ ਪੋਹਤੀ, ਹੱਥ ਸੱਜੇ ਫੜੀ ਬੰਦੂਕ, ਉੱਤੇ ਘੋੜੀ ਦੇ ਚੜ੍ਹ ਗਿਆ ਮੇਰੂ ਸ਼ੈਲ ਮਲੂਕ, ਵਿੱਚ ਮੁਗਲਾਂ ਦੇ ਜਾ ਕੇ ਮੇਰੂ ਨੇ ਮਾਰੀ ਕੂਕ, ਫਿਰ ਮੇਰੂ ਸੁੱਤੇ ਫੇਰਦਾ ਉਹ ਵੀਰੋ ਜਮੇ ਬਿਰਸ਼ ਨੂੰ ਊਠ, ਵੜਬੜ ਲਾਉਂਦਾ ਢੇਰੀਆਂ ਹੱਥ ਰੱਖਿਆ ਤੇਗ ਤੇ ਸੂਤ, ਉਹਨੇ ਖਾਖੀ ਵੇਦ ਨੂੰ ਮਾਰਿਆ ਤੇ ਆ ਮੁਗਲਾਂ ਦੀ ਨਿਕਲ ਗਈ ਕੂਕ, ਉੱਤੋਂ ਸਿਖਰ ਦੁਪਹਿਰਾ ਹੋ ਗਿਆ ਤੇ ਫਿਰ ਨਸ਼ਾ ਗਿਆ ਅਮਲੀ ਦਾ ਟੂਟ, ਨਸ਼ੇ ਨੇ ਤੋੜਾਂ ਦੇ ਲੀਆਂ, ਹੋ ਗਿਆ ਕੰਮ ਕਸੂਦ, ਕੋਲ ਲੱਦੀ ਦੇ ਆ ਗਿਆ ਧਾਰ ਸ਼ੇਰਾਂ ਦਾ ਰੂਪ, ਕਹਿੰਦਾ ਤੇਰਾ ਦੁੱਲਾ ਗੀਦੀ ਹੋ ਗਿਆ। ਮੈਂ ਅਮਲੀ ਬਣਿਆ ਰਜਪੂਤ, ਗੱਜਿਆ ਕਦੇ ਨੀ ਵਰਸਿਆ, ਮੈਂ ਝੜੀਆਂ ਲਾ ਕੇ ਵਰਿਆ ਸੂਤ, ਦੁੱਲਾ ਹਜੇ ਤੱਕ ਨੀ ਬੋੜਿਆ ਕੀਤੀ ਕੀ ਕਰਤੂਤ, ਜੇ ਹੁੰਦਾ ਗੋਲਾ ਫੀਮ ਦਾ ਮੁੜ ਕੇ ਤੱਪੂ ਮੁਗਲਾਂ ਦੇ ਦਿੰਦਾ। ਕਰੋੜ ਕੇ ਜਵਾਬ ਕਿਆ ਦੱਸਿਆ ਪਾਲਾ ਵੀ ਮੇਰੂ ਕਿਹੜੇ ਜਵਾਬ ਮੁਗਲਾਂ ਦੇ ਵੜ ਗਿਆ ਮੇਰੂ ਨੇ ਮਾਰੀ ਕੂਕ, ਮੇਰੂ ਸੂਤੇ
ਆਪਣੇ ਘਰ ਦੇ ਵਿੱਚ ਕਿਹੜੀ ਚੀਜ਼ ਦੀ ਘਾਟ ਹੈ, ਇੱਕ ਵਾਰੀ ਫੇਰ ਜਾਈ। ਉਹ ਕਹਿੰਦਾ ਮਾਤਾ ਕਮਲੀ ਹੋ ਗਈ ਆ। ਉਸੇ ਤਰ੍ਹਾਂ ਮੈਂ ਮੇਰੂ ਦੀ ਤਰ੍ਹਾਂ, ਮੇਰੂ ਕਹਿਣ ਲੱਗਾ ਮੈਂ ਦੁੱਲੇ ਦੀ ਤਰ੍ਹਾਂ ਨਾਨਕਿਆਂ ਨੂੰ ਨਹੀਂ ਜਾਣਾ, ਮੈਂ ਜੰਗ ਦੇ ਮੈਦਾਨ ਦੇ ਵਿੱਚ ਜਾਣਾ, ਉੱਥੋਂ ਜਾਂਦੇ ਆਉਣਾ ਤੇ ਖੌਰੇ ਨਾ ਆਉਣਾ। ਪੁੱਤਰ ਫੇਰ ਮਾਤਾ ਇੱਕ ਵਾਰੀ ਮੈਂ ਨਾਲ ਦੇ ਅਮਲੀ ਭਾਈਆਂ ਨੂੰ ਜਾ ਕੇ ਤੱਕੀ ਦੇ ਵਿੱਚ ਮਿਲ ਕੇ ਆਉਣਾ। ਜਾ ਪੁੱਤਰ ਇਹ ਵੀ ਆਪਣੀ ਇੱਛਾ ਪੂਰੀ ਕਰ ਲਾ। ਮਿਹਰਬਾਨ ਅੱਗੇ 11-12 ਪੋਸਟ ਹੀ ਬੈਠੇ ਆ। ਉਹ ਮੇਰੂ ਸਵੇਰ ਦਾ ਕਿੱਥੇ ਰਿਹਾ? ਕਹਿੰਦਾ ਮੈਂ ਤਾਂ ਕਣਕ ਦੀ ਮੰਗ ਤੇ ਗਿਆ ਸੀ। ਆ ਜਿਹੜੇ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਇੱਧਰ ਬੈਠ ਜਾ ਕਰੋ, ਕਿਉਂ ਰੌਲਾ ਪਾਇਆ? ਮਿਹਰਬਾਨ ਉਹਨੇ ਕਿਹਾ ਮੈਂ ਤਾਂ ਕਣਕ ਦੀ ਮੰਗ ਤੇ ਗਿਆ ਸੀ। ਜਿਹੜਾ ਪਿਛਲੇ ਸਮਿਆਂ ਦੇ ਵਿੱਚ ਲੋਕ ਸੀ ਉਹਨਾਂ ਨੂੰ ਕਣਕ ਦੀ ਮੰਗ ਦਾ ਬੜਾ ਸ਼ੌਂਕ ਹੋਇਆ ਗਾ, ਚਾਹ ਹੋਇਆ ਕਰਦਾ ਸੀ। ਉਸੇ ਤਰ੍ਹਾਂ ਉਹ ਕਹਿੰਦੇ ਮੇਰੂ ਜਦੋਂ ਤੇਰੇ ਕੋਲੇ ਡੋਡੇ ਨਾ ਹੋਣੇ, ਤੇਰੇ ਕੋਲੇ ਫੀਮ ਨਾ ਹੋਣੀ, ਤੇਰੇ ਕੋਲੇ ਪੱਤੇ ਨਾ ਹੋਣੇ ਤਾਂ ਸਾਡੇ ਗੋਡੇ ਮੁੱਢ ਬੈਠਾ ਰਹਿਣਾ। ਆਹ ਕਣਕ ਦੀਆਂ ਮੰਗਾਂ ਖਾਣ ਨੂੰ ਕਮਲਿਆ ਇਕੱਲੇ ਇਕੱਲਾ। ਕਹਿੰਦਾ ਹੁਣ ਕਿਹੜਾ ਮੁੱਕਦੀਆਂ ਹੈਗੀਆਂ ਨੇ, ਆਓ ਚੱਲੀ। ਲਓ ਮਿਹਰਬਾਨ 11-12 ਪੋਸਟ ਹੀ ਨਾਲ ਤੁਰ ਪਏ, ਧਰੇ ਹੋਏ ਲੱਕਾਂ ਤੇ ਹੱਥ। ਹੁਣ ਕਈ ਤਾਂ ਨਸ਼ੇ ਟੁੱਟੇ ਹੋਏ ਡੱਕ ਡੋਲੇ ਖਾਂਦੇ ਖਾਂਦੇ ਆ ਕੇ ਮਾਤਾ ਲੰਦੀ ਦੇ ਵਿੱਚ ਹੀ ਵੱਜੇ। ਕਹਿੰਦੀ ਪੁੱਤਰ ਪੁੱਤਰੇ ਕੀ ਕਰਨਗੇ? ਕਹਿੰਦਾ ਮਾਤਾ ਚੁੱਪ ਹੋ ਜਾ, ਜੇ ਹੋਰ ਨਾ ਕੁਝ ਕਰਨਗੇ ਕਹਿੰਦਾ ਗੋਲੀਆਂ ਤਾਂ ਠੰਡੀਆਂ ਕਰਨਗੇ। ਹੁਣ ਮਾਤਾ ਲੱਦੀ ਨੇ ਵੀ ਸੋਚਿਆ ਮੇਰੇ ਪੁੱਤ ਦਾ ਪਿਛਲਾ ਪਾਸੇ ਢਕਣ, ਨਾਲੇ ਮੁਗਲਾਂ ਨੂੰ ਪਤਾ ਲੱਗੂ ਇਹਨਾਂ ਦੀ ਫੌਜ ਹੈਗੀ ਆ। ਲਓ ਮਿਹਰਬਾਨ ਖਾ ਕੇ ਮਾਵੇ ਫੀਮ ਤੇ ਹੁਣ ਜੰਗ ਨੂੰ ਚੱਲੇ ਆ। ਉੱਥੇ ਕਿਹਾ ਕਹਿੰਦੇ ਚੜਿਆ ਮੇਰੂ ਪੋਸਤੀ, ਹੱਥ ਸੱਜੇ ਫੜੀ ਕਮਾਨ, 11 ਪੋਸਤੀ ਨਾਲ ਸੀ, 12ਵਾਂ ਮੇਰੂ ਜਵਾਨ, ਨਾਰੇ ਮਾਰਦੇ ਹੈਦਰੀ ਆਉਂਦੇ ਵੱਲ ਮੈਦਾਨ, ਕੁਝ ਰਾਹ ਵਿੱਚ ਡਿੱਗ ਪਏ ਪੋਸਤੀ ਤੇ ਹੋ ਗਏ ਮਰਿਆਂ ਦੇ ਅਸਮਾਨ। ਮਿਹਰਬਾਨ ਮਰਿਆਂ ਦੇ ਅਸਮਾਨ ਹੋ ਗਏ ਕਿਉਂ? ਜਿਨ੍ਹਾਂ ਨੇ ਨਸ਼ਾ ਇੱਕ ਹਿੱਸੇ ਤੋਂ ਦੋ ਹਿੱਸੇ ਕਰ ਲਿਆ, ਨਸ਼ਾ ਬੇਸ਼ੁਮਾਰ ਕਰ ਲਿਆ, ਕੁਝ ਘੋੜੀਆਂ ਛੇੜ ਕੇ ਫਿਰ ਅੱਗੇ ਨੂੰ ਹੋਏ ਰਵਾਨ, ਅਮਲੀ ਜਿੱਧਰ ਪੈਂਦੇ ਕੁੱਦ ਕੇ ਉਹ ਮੁਗਲ ਭੱਜੇ ਲਾਹੌਰ ਨੂੰ ਜਾਣ, ਵੜਬੜ ਲਾਉਂਦੇ ਢੇਰੀਆਂ, ਲਾ ਲਾ ਸਿੱਟਦੇ ਘਾਣ, ਵਿੱਚ 5-7 ਮਰ ਗਏ ਪੋਸਤੀ ਤੇ ਮੇਰੂ ਦੇ ਢਿੱਲੇ ਹੋ ਗਏ ਪ੍ਰਾਣ। ਫਿਰ ਕੋਲ ਲੱਦੀ ਦੇ ਆ ਗਿਆ, ਮੁਖ ਤੇ ਕਰੇ ਬਿਆਨ, ਮੇਰੇ ਨਾਲ ਦੇ ਭਾਈ ਮਰ ਗਏ, ਮੈਨੂੰ ਭੁੱਲ ਗਿਆ ਪੀਣਾ ਖਾਣ, ਜੰਗ ਲੜਾਈਆਂ ਕਰਕੇ ਮਾਤਾ ਮੈਨੂੰ ਚੱਲਣੀ ਪਈ ਮਕਾਨ, ਭਾਈ ਜਿਨ੍ਹਾਂ ਦੇ ਮਰ ਗਏ ਖਾਣਾ ਖਾਣ ਹਰਾਮ। ਕਹਿੰਦਾ ਹੁਣ ਮੈਂ ਨੀ ਜਾਣਾ ਜੰਗ ਨੂੰ, ਭਵੇਂ ਸਾਰੇ ਟੱਬਰ ਦੀ ਨਿਕਲ ਜੇ ਜਾਣ। ਇੱਕ ਮਾਤਾ ਦੇ ਨਾਲ ਮੋੜ ਕੇ ਜਵਾਬ ਕਰਦਾ ਮੇਰੂ ਭਲਾ ਬਈ, ਕਿਹੜਾ ਜਵਾਬ ਦਿੱਤਾ? ਕਹਾਉਣ ਵਕਤ ਦੀ ਗੱਲ ਆ, ਜਿਸ ਤਰ੍ਹਾਂ ਅੱਜ ਹੁਣ ਇਸ ਮਿਹਰਬਾਨ ਮੇਰੂ ਪੋਸਤੀ ਨੇ ਸਾਫ ਜਵਾਬ ਦੇ ਦਿੱਤਾ। ਇੱਧਰੋਂ ਇੱਕ ਦਿਨ ਸਹਿਤੀ ਵੀ ਆਪਣੀ
ਭਰਜਾਈ ਹੀਰ ਦੇ ਕੋਲੇ ਜਾ ਕੇ ਕਹਿਣ ਲੱਗੀ, ਭਾਬੋ ਜੋਗੀ ਆਇਆ ਆਪਣੇ ਕਾਲੇ ਬਾਗਾਂ ਦੇ ਵਿੱਚ ਆਇਆ ਤਾਂ ਰਾਂਝਾ ਮੀਆਂ ਪਰ ਸੀ ਜੋਗੀ ਦੇ ਰੂਪ 'ਚ। ਕਹਿੰਦੀ ਇੱਕ ਜੋਗੀ ਆਇਆ, ਇਸੇ ਤਰ੍ਹਾਂ ਉਹ ਜੋਗੀ ਨੂੰ ਚੱਲ ਕੇ ਤੇਰੀਆਂ ਨਬਜ਼ਾਂ ਵਿਖਾਈਏ। ਇਹਨੇ ਵੀ ਸਾਫ਼ ਜਵਾਬ ਦੇ ਦਿੱਤਾ ਹੀਰ ਨੇ, ਨਹੀਂ ਕਮਲੀਏ ਸਹਿਤੀਏ ਟਾਈਮ ਲੈ ਲਾ ਉੱਧਰ ਜਾ ਕੇ ਵੀ, ਜਿਹੜਾ ਮੈਨੂੰ ਰੋਗ ਲੱਗਿਆ ਕੋਈ ਨਹੀਂ ਜੀ ਬੋਲ ਤੂੰ ਕਰੀ ਜਾ ਕਰ ਗੱਲ, ਤੇਰੇ ਬਾਰੇ ਕੀ ਦਰਦ ਹੋਣ ਲੱਗ ਪਈ। ਉਸੇ ਤਰ੍ਹਾਂ ਕਹਿਣ ਲੱਗੀ, ਮੈਨੂੰ ਜਿਹੜਾ ਰੋਗ ਲੱਗਿਆ ਉਹਦਾ ਨਾ ਤਾਂ ਦੁਨੀਆਂ ਉੱਤੇ ਵੈਦ ਹੈ ਨਾ ਹੀ ਕੋਈ ਦਵਾ। ਇੱਕ ਮਿਹਰਬਾਨ ਹੁਣ ਹੀਰ ਤੇ ਸਹਿਤੀ ਦੇ ਸਵਾਲ ਜਵਾਬ ਹੁੰਦੇ ਆ। ਸਹਿਤੀ ਤਾਂ ਕਹਿੰਦੀ ਭਾਬੋ ਚੱਲ ਬਾਗਾਂ ਨੂੰ ਚੱਲ ਗਏ। ਇੱਕ ਉਸੇ ਤਰ੍ਹਾਂ ਉਹ ਕਹਿਣ ਲੱਗੀ, ਜਿਹੜਾ ਮੈਨੂੰ ਰੋਗ ਲੱਗਿਆ ਉਹਦਾ ਕੋਈ ਇੱਥੇ ਵੈਦ ਹੀ ਹੈ ਨਹੀਂ ਕੋਈ ਦਵਾ ਹੈ ਨਹੀਂ। ਇੱਕ ਉਸੇ ਤਰ੍ਹਾਂ ਮੁੜ ਕੇ ਹੀਰ ਤੇ ਸਹਿਤੀ ਦੇ ਆਨੰਦ ਤੇ ਭਰਜਾਈ ਦੇ ਸਵਾਲ ਜਵਾਬ ਹੁੰਦੇ ਆ। ਭਲਾ ਬਈ ਕਿਹੜਾ ਜਵਾਬ ਕਰਕੇ ਹੁੰਦੇ ਆ, ਖੇਡ ਲੈ ਕੇ ਨਾ ਪੇਸ਼ ਰਾਂਝਦੀ ਜਾਵੇ ਟਿੱਲੇ ਗੁਰੂ ਦੇ ਟਿੱਲੇ ਜੀ ਟਿੱਲੇ ਗੁਰੂ ਦੇ ਜਾ ਕੇ ਉੱਤੇ ਰਾਂਝਾ ਕਨ ਪੜਵਾਵੇ ਹੀਰ ਤੇ ਉੱਤੇ ਹੀਰ ਤੇ ਉੱਤੇ ਪਈ ਪਣਗ ਦੇ ਗਸੀਆਂ ਗੋਤੇ ਖਾਵੇ ਮੂੰਹ ਵਿੱਚ ਬਾਬੇ ਅਨੰਦਪੁਰ ਕੀ ਬਾਬੇ ਮੂੰਹ ਵਿੱਚ ਬਾਬੇ ਅਨੰਦਪੁਰ ਕੀ ਬਾਬੇ ਮੂੰਹ ਵਿੱਚ ਬਾਬੇ ਗੱਲਾਂ ਕਰਦਾ ਬੋਲੇ ਬੋਲ ਰਸੀਲਾ ਬਾਬੇ ਮੇਰੀ ਅਲੀ ਰੱਬ ਵਸੀਲਾ ਬਾਬੇ ਮੇਰੀ ਅਲੀ ਰੱਬ ਵਸੀਲਾ ਬਾਬੇ ਮੇਰੀ ਅਲੀ ਹੀਰ ਕੀ ਕਹਿੰਦੀ ਆ ਸਾਨੂੰ ਕੀ ਪਤਾ ਅੱਖੀਆਂ ਨੀ ਮਨ ਮਤੀਆਂ ਲੋਕੀ ਕਹਿਣ ਕਹਿਣ ਦੁਖਣੀਆਂ ਆਈਆਂ ਸਾਰਾ ਟੱਬਰ ਸਾਰਾ ਟੱਬਰ ਵੇਰੀ ਬਣ ਗਿਆ ਪਰ ਪਰ ਦੀਨ ਸਲਾਈਆਂ ਰਾਹ ਦੇਣੇ ਮੈਂ ਰਾਹ ਦੇਣੇ ਮੈਂ ਪਈ ਬਣਗ ਤੇ ਪਾਵਾਂ ਸ਼ੋਰ ਦਹਾਈਆਂ ਨੰਦੇ ਮੇਰੀ ਅਲੀ ਦੇਵੇ ਕੌਣ ਦਹਾਈਆਂ ਨੰਦੇ ਮੇਰੀ ਅਲੀ ਦੇਵੇ ਕੌਣ ਦਹਾਈਆਂ ਨੰਦੇ ਮੇਰੀ ਅਲੀ ਦੇਵੇ ਕੌਣ ਦਹਾਈਆਂ ਨੰਦੇ ਮੇਰੀ ਅਲੀ ਹੀਰ ਕੀ ਕਹਿੰਦੀ ਸੱਚੀ ਕਹਿੰਦੀ ਆ ਲਓ ਫੜੋ ਬਾਈ ਕਾਰਡ ਇਹ ਆਰਾਮ ਜਿਹੜਾ
ਬਾਬੇ ਵਸਾਊ ਦੇ ਨਾਂ ਦੇ ਜਗਤਾਰ ਸੈਕਟਰੀ ਮਠੱਡਾ ਕਰਾ ਤੋਂ ਮਾਣ ਕਰ ਰਿਹਾ ਪਾਰਟੀਆਂ ਦਾ ਅਸੀਂ ਪੋਨੇ ਇਹ ਪੈਸੇ ਸਾਰੇ ਮੇਰੇ ਨਾਨਕਿਆਂ ਦੇ ਪੈਸੇ ਦਿੱਤੇ ਮੈਨੂੰ, ਮੈਂ ਉਹ ਦਿੰਦਾ। ਮੇਰੇ ਕੋਲ ਕੋਈ ਪੈਸਾ ਨਹੀਂ, ਜਾਂ ਬਾਬੇ ਵਸਾਊ ਦੇ ਜਾਂ ਮੇਰੀ ਨਾਨੀ ਦੇ। ਮੇਰੇ ਕੋਲ ਕੋਈ ਪੈਸਾ ਨਾ, ਕਰ ਹੋਣੇਗਾ ਕਰ ਨਹੀਂ ਹੋਣਾ। ਅਸੀਂ ਨਾ ਆਪਣੇ ਮੇਰਾ ਭਰਾ ਹੈ ਰਾਣਾ ਛੋਟਾ, ਇਹਦਾ ਪੇ ਮੇਰਾ ਚਾਚਾ ਸੀਗਾ, ਇਹਦਾ ਅਸੀਂ ਮਾਣ ਕਰ ਰਹੇ ਹਾਂ। ਸਾਰੀ ਪੰਚਾਇਤ ਲਓ, ਖੱਡਿਆਂ ਦੀਆਂ ਲਓ, ਰੂਪਾਂ ਦੀਆਂ ਲਓ ਵੀ ਲਓ ਜੀ। ਅਸੀਂ ਜਗਤਾਰ, ਹਾਂਜੀ, ਹਰਵਿੰਦਰ ਸਿੰਘ ਜਿਹਨੇ ਲੜਕਾ ਪਿਛਲੇ ਸਾਲ ਸਵਰਗ ਪਾਸ ਹੋ ਚੁੱਕੇ ਨੇ, ਇਹ ਤਾਂ ਬਹੁਤ ਮਾੜੀ ਗੱਲ ਹੋਈ, ਪਰ ਫਿਰ ਵੀ ਸਾਡਾ ਬੜਾ ਮਾਣ ਕਰਦੇ, ਬੜੇ ਹੌਸਲਾ ਇਹਨਾਂ ਦਾ ਹੈਗਾ। ਇਹਨਾਂ ਦਾ ਪਿੰਡ ਹੈਗਾ ਮਠੱਡਾ ਕਲਾਂ, ਜਗਤਾਰ ਸੈਕਟਰੀ, ਰੂਪਵਾਲ ਛਿੱਜ ਵਿੱਚ ਆ ਕੇ ਸਾਡਾ ਹਰੇਕ ਸਾਲ ਸਾਰੇ ਗੁਰਮੰਤਰੀਆਂ ਦਾ ਬਹੁਤ ਬਹੁਤ ਮਾਣ ਕਰਦੇ ਆ। ਅਸੀਂ ਇਹਨਾਂ ਦੇ ਬਹੁਤ ਅਗਲੇ ਸਾਲ 25 ਤਰੀਕ ਨੂੰ ਬਾਬੇ ਦਦਾਰ ਸਿੰਘ ਦਾ ਮੇਲਾ, ਮੇਰਾ ਮੇਲਾ ਨਹੀਂ, ਆ ਜਦ ਤੁਸੀਂ ਸਾਰੇ ਇਕੱਠੇ ਹੋ ਤਾਂ ਮੇਲਾ, ਜੇ ਮੈਂ ਇਕੱਲਾ ਰਹੇ ਤਾਂ ਕੁਛ ਵੀ ਨਹੀਂ, ਇਸ 25 ਸਾਰਿਆਂ ਨੂੰ 25 ਤਰੀਕ ਨੂੰ, ਹਾਂਜੀ, ਬਾਬੇ ਦਦਾਰ ਸਿੰਘ ਦਾ ਮੇਲਾ 25 ਤਰੀਕ ਦਾ। ਮੇਰੀ ਨਾਨੀ ਮੈਨੂੰ ਪੜਿਆ, ਮੇਰੇ ਨਾਨੇ ਨੇ ਖਲਾਇਆ, ਮੇਰੀਆਂ ਮਾਸੀਆਂ ਨੇ ਖਲਾਇਆ, ਮੰਜਾ ਮਾਤਾ ਜੀ ਜੰਗਲ ਲੋਕਾਂ ਦਾ ਪੁੱਤਰ।
ਹੋ ਗਿਆ ਹਨੇਰਾ ਜੀ ਅੱਜ ਹਨੇਰਾ ਕਰ ਬਾਗੀ ਤੁਮਾਂ ਪੈ ਗਈਆਂ ਕਰ ਬਾਗੀ ਤੁਮਾਂ ਪੈ ਗਈਆਂ ਕੱਪੜੇ ਪਛਾਕ ਲੈ ਗਈਆਂ ਤੇ ਗੱਲਾਂ ਦਿਲ ਦੀਆਂ ਦਿਲ ਵਿੱਚ ਰਹਿ ਗਈਆਂ ਮੋਟੇ ਦਰਜ ਮੈਂ ਬਾਜਾ ਮਾਰਨੀ ਦਿਲ ਦਰ ਵੀ ਨਨ ਮੇਰਾ ਜਨ ਛਪ ਗਿਆ ਹੋ ਗਿਆ ਹਨੇਰਾ ਅੱਜ ਹਨੇਰਾ ਖਾਲੀ ਬੱਕੀ ਉਹਦੇ ਵੀਰਨੀ ਬੱਕੀ ਅੱਖਾਂ ਚ ਹੰਦੂ ਵੀਰਨੀ ਬੱਕੀ ਹੱਜਾ ਅੱਖਾਂ ਚ ਵੀਰਨੀ ਤਾਂ ਨਿਕਲੀ ਸੱਸੀ ਵੀਰਨੀ ਮੈਨੂੰ ਖਬਰ ਨਵਾਂ ਤੇਰ ਵੀਰਨੀ ਮੋਟੇ ਚੜ ਕੇ ਮੈਂ ਬਾਜਾ ਮਾਰਦੀ ਨਜ਼ਰਾਂ ਨੀਰ ਮੇਰਾ ਦਿਲ ਛਪ ਗਿਆ ਹੋ ਗਿਆ ਹਨੇਰਾ ਜੀ ਅੱਜ ਹਨੇਰਾ ਸਹੀ ਗੱਲ ਆ ਤੇਰੀ ਸਮੇਂ ਦੀ ਬਾਤ ਹੋਏਗੀ ਜਿੱਦ ਦਾ ਕੌਣ ਤੇ ਹਰ ਦਾ ਕੌਣ ਹੈ। ਹਾਂਜੀ ਦਾਦਰਾ ਸਾਹਿਬ ਸਰ ਉਸ ਨੂੰ ਬੇਨਤੀ ਆ ਵੀ ਮਾਈਕ ਦੀ ਆਵਾਜ਼ ਵਧਾ ਦਈਏ ਆਪਾਂ, ਮਾਈਕ ਦੀਆਂ ਆਵਾਜ਼ਾਂ ਮੇਰਾ ਵੀਰ ਖੋਲ ਕਰੋ ਬੇਨਤੀ ਆ। ਜਿੰਨਾ ਨਦੀਆਂ ਵਾਲਾ ਪਹੁੰਚਿਆ 15 ਅਕਤੂਬਰ ਨੂੰ ਵੱਡਾ ਦੰਗਲਾ ਸੰਗਤ ਨੂੰ ਬੇਨਤੀ ਆ ਵੀ ਜ਼ਰੂਰ ਪਹੁੰਚਣਾ। ਬਹੁਤ ਤਕੜੀ ਕੁਸ਼ਤੀ ਹੋਈ ਹੈ ਜੀ, ਪ੍ਰਿੰਸੀਪਲ ਖੁਫਾਰਾ ਇਹ ਵੀ ਹਲਕੀ ਜੀ ਤਿਆਰੀ ਕਰ ਲੈਣਾ ਕਿਉਂਕਿ ਨਾਲ ਦੀ ਨਾਲ
ਵੱਡੀਆਂ ਕੁਸ਼ਤੀਆਂ ਦੇ ਇਧਰਲੇ ਪਾਸੇ ਹਾਂਜੀ ਉਹ ਪਾਸੇ ਆ ਮੈਂ ਬੇਨਤੀ ਕਰਦਾ ਹਾਂ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਹੈਪੀ ਜੋਲੀ ਅਪਰਾ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਲਗਨਦੀਪ ਪੰਚਾਇਤ ਮੈਂਬਰ ਪੰਚੇਰਾ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਲਾਲਾ ਕ੍ਰਿਸ਼ਨ ਲਾਲ ਜੀ ਐਮ ਸੀ ਫਲੌਰ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹਨਾਂ ਨੇ ਸਾਡੇ ਨਗਰ ਦੇ ਵਿੱਚ ਆਪਣੇ ਚੰਨ ਪਾਏ ਆ ਧੰਨਵਾਦ ਜੀ ਬੇਨਤੀ ਕਰਦਾ ਦੋ ਨੰਬਰ ਦੀ ਕੁਸ਼ਤੀ ਕਮਲ ਜੂਸ਼ ਜੀ ਯਾਰ ਮੁੰਡੇ ਉਹਨਾਂ ਨੇ ਕਿਹਾ ਨਹੀਂ ਇਦਾਂ ਨਹੀਂ ਯਾਰ ਸਾਰੇ ਕਮਾਈ ਸਾਰੇ ਥੋੜੀ ਜਿਹੀ ਬਣਾਉਣੀ ਥੋੜੀ ਬਣਾਉਣੀ ਇਤਰਾਜ਼ ਕਰਦੇ ਨੇ ਸਾਰੇ ਇਤਰਾਜ਼ ਕਰ ਮਨ ਵੇ ਉੱਥੇ ਹੋ ਕੇ ਬਣਾ ਲਾ ਸੈੱਟ ਹੋ ਜਾ ਲਾ ਕੇ ਬਣ ਜਾ ਨਾਲ ਉਹ ਮੁੰਡੇ ਕਿੱਥੇ ਗਿਆ ਉੱਥੇ ਬਣਾ ਲਾ ਜਾ ਕੇ ਇਹ ਦਵਾਈ ਪਾਉਣ ਉੱਥੇ ਜਾ ਉੱਥੇ ਕਿੰਨਾ ਲਾ ਉੱਥੇ ਹੋਏ ਨਹੀਂ ਮੈਂ ਟੈਨਸ਼ਨ ਲੈ ਲੈ ਪਾਸੇ ਉੱਪਰਲੇ ਪਾਸੇ ਜੇ ਆਪਾਂ ਜਿਹੜਾ ਡੈਕ ਬੰਦ ਕਰਦੇ ਜਿਹੜਾ ਸਟੇਜ ਤੋਂ
ਮੈਂ ਬੇਨਤੀ ਕਰਦਾ ਵੀ ਦੋ ਨੰਬਰ ਵਾਲੇ ਮਨ ਵਿੱਚ ਆ ਜਾ ਵੀ ਮੱਲਾਂ ਨੂੰ ਬੇਨਤੀ ਆ ਸਾਡੀ ਬੇਨਤੀ ਕਿਉਂ ਨੀ ਮੰਨਦੇ ਤੁਸੀਂ ਧਰਮਿੰਦਰ ਸ਼ੁਰੂ ਹੋ ਗਈ ਮਨਵੀਰ ਪਹਿਲਵਾਨ ਪੀਐਟੀ ਦਾ ਮੈਦਾਨ ਉੱਤੇ ਇੱਕ ਪ੍ਰਾਪਤ ਕਰ ਗਿਆ ਇਹ ਹੈ ਮਨਵੀਰ ਹਾਂਜੀ ਧਰਮਿੰਦਰ ਕੁਮਾਰੀ ਦੇ ਦੇਸ਼ ਕਾਲਾ ਭੱਜ ਗਿਆ ਹੁਣ ਆਹ ਖੁਸ਼ੀ ਦੇ ਵੱਡੇ ਮਾਣ ਜਿਹੜੇ ਸਾਡੇ ਮਾਣਮੱਤੀਆਂ ਸ਼ਹੀਦਾਂ ਦੇ ਵੱਲੋਂ ਆ ਗਏ ਜੀ ਭਾਜੀ ਅੰਦਰ ਆਹ ਫੋਨ ਨੰਬਰ ਵਾਲਾ ਖੜਾ ਜੀ ਦੇਸ਼ ਦਾ ਧਰਮਿੰਦਰ ਮੇਰਾ ਵੀਰ ਭੱਜ ਗਏ ਧਰਮਿੰਦਰ ਮੇਰਾ ਵੀਰ ਭੱਜ ਗਿਆ ਉਹਨਾਂ ਬੇਟੀ ਵਾਲੇ ਦੇ ਪਹਿਲਵਾਨ ਵੀਰਾਂ ਨੂੰ ਬੇਨਤੀ ਆ ਵੀ ਫੋਟੋ ਚੁੱਕੀਆਂ ਕੁਸ਼ਤੀ ਦੇ ਨਾਲ ਚੁੱਕੀਏ ਇਸ ਪਰਿਵਾਰ ਦੇ ਵੱਲੋਂ ਬੁਲਟ ਮੋਟਰਸਾਈਕਲ ਜੱਸਾਪੱਟੀ ਦੇ ਪ੍ਰਿੰਸੀਪਲ ਫੁਗਵਾਲਾ ਭੱਜ ਗਿਆ ਹੁਣ ਬਈ ਅੰਤੋਂ ਕਾਰ ਤੇ ਜਿਹੜੀ ਕੁਸ਼ਤੀ ਆ ਵੱਡਾ ਧੰਨਵਾਦ ਅੱਗੇ ਵਾਹ ਬਈ ਵਾਹ ਜੱਸਾਪੱਟੀਆ ਪ੍ਰਿੰਸੀਪਲ ਆ ਬਈ ਅਲੀ ਲਓ ਚੱਲਦੀ ਹੋਈ ਛੋਟੀ ਮਾਲੀ ਦੀ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਬਹੁਤ ਬਹੁਤ ਧੰਨਵਾਦ ਡਾਕਟਰ ਸੁਖਦੇਵ ਸਿੰਘ ਜੀ ਵਧੀਆ ਸਵਾਗਤ ਦਿੰਦੇ ਆ ਵੀ ਨਾਲ ਦੇ ਨਾਲ ਤੇ ਨਾਲੀ ਵਧੀਆ ਸਵਾਗਤ ਆ ਵਧੀਆ ਜੱਸਾ ਭੁੱਲ ਨਾਲੀ ਮੋਹਸੀ ਜੀ ਢੇਸੀ ਤੇ ਨਾਲੀ ਗੁਰਦੀਪ ਸਾਡਾ ਭਰਾ ਵਧੀਆ ਸਲਾਮਾਂ ਦੇ ਰਹੇ ਹਨ ਵਧੀਆ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਤੇ ਨਾਲੀ ਪਲੀਜ ਝੰਡੀ ਵਾਲੇ ਵੱਲ ਵੀ ਆ ਜਾਓ ਜਿਹੜੇ ਪਲੀਜ਼ ਐਨੇ ਵੀਰ ਗਰਾਊਂਡ ਦੇ ਵਿੱਚ ਹੈ ਗਰਾਊਂਡ ਕਲੀਅਰ ਕਰੋ ਯਾਰ ਸਵਾਦ ਤਾਂ ਹੀ ਐਡੇ ਵੱਡੇ ਡੰਗਲ ਗਰਾਊਂਡ ਦਾ ਜੇ ਗਰਾਊਂਡ ਕਲੀਅਰ ਹੋਵੇਗਾ ਤੁਸੀਂ ਵੀ ਧਿਆਨ ਵੀ ਪਿੱਛੇ ਜਿਹੇ ਡਿਸਟਰਬ ਨਾ ਹੋਵੇ ਹਾਂਜੀ ਹਾਂਜੀ ਕੁਝ ਸਨਮਾਨ ਹੈ ਸਾਡੇ ਇੱਕ ਰਹਿੰਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਡੀ ਐਸ ਪੀ ਸਾਹਿਬ ਦਵਿੰਦਰ ਅਤਰੀ ਜੀ ਉਹ ਸਾਡੇ ਦਰਮਿਆਨ ਪਹੁੰਚੇ ਨੇ ਉੱਥੇ ਸਾਡੇ ਗ੍ਰਾਂ ਦੇ ਐਸ ਐਚ ਓ ਕੇ